ਕੁਝ ਸ਼ਰਾਰਤੀ ਪੰਤਰ ਵਿਦਾਸੀਆਂ ਸਮਾਜ ਨੂੰ ਤੋੜਨ ਲੱਗੇ ਨੇ। ਜਗਤ ਗੁਰੂ, ਧਰਮ ਗੁਰੂ, ਕੁਲ ਗੁਰੂ, ਰਾਜ ਗੁਰੂ, ਗੁਰੂ ਦੇ ਗੁਰੂ, ਬੇਗਮਪੁਰੇ ਦੇ ਮਾਲਕ, ਧੰਨ 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 ਸਤਿਗੁਰੂ ਰਵਿਦਾਸ ਮਹਾਰਾਜ ਜੀ। ਸਾਰੇ ਰਵਿਦਾਸੀਆਂ ਦੇ ਆਈ ਕੌਣ ਨੇ ਇੱਥੇ ਸ੍ਰੀ ਅੰਮ੍ਰਿਤ ਬਾਣੀ ਵਿੱਚ ਬੇਗਮਪੁਰਾ ਬਣਾਉਣ ਲਈ। ਸਭ ਕਾਨੂੰਨ ਨੇ ਜੋ ਸਮਾਜ ਲਈ, ਸੰਵਿਧਾਨ ਹੈ ਕੋਈ ਮੰਨੇ ਜਾਣ ਨਾ ਮੰਨੇ, ਸਾਡਾ ਕੰਮ ਜਾਣੀ ਸੰਪਾ ਜਥੇਬੰਦੀਆਂ ਪ੍ਰਚਾਰਕਾਂ ਵਿਦਵਾਨਾਂ ਕਮੇਟੀਆਂ ਦਾ ਕੰਮ ਜਨਾਉਣਾ ਬਣਦਾ, ਪਰ ਇਹ ਖੁਦ ਹੀ ਉਲਟ ਪੁਲਟ ਹੋਏ ਫਿਰਦੇ। ਹਾਂ ਅਗਰ ਸ਼੍ਰੋਮਣੀ ਕਮੇਟੀ ਬਣੇ ਸਾਰੇ ਰਵਿਦਾਸੀਆਂ ਦੀ, ਜਿਸ ਵਿੱਚ ਸਾਰੇ ਸੰਸਾਰ ਦੇ ਰਵਿਦਾਸੀਏ ਜੀ ਦਾ ਸੰਵਿਧਾਨ ਅੱਜ ਅਤੇ ਭਵਿੱਖ ਤੇ ਲਾਗੂ ਹੋਏ, ਚਾਹੇ ਉਹ ਸ਼੍ਰੋਮਣੀ ਕਮੇਟੀ ਕਾਸ਼ੀ ਬਨਾਰਸ ਵਿੱਚ ਹੀ ਹੋਏ। ਪਰ ਇੱਕ ਸੋਨੇ ਦੀ ਲੱਖ ਖੁਸ਼ੀ, ਇੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਅਸਲੀ ਜਨਮ ਤਰੀਕ ਪ੍ਰਕਾਸ਼, ਪੁਰਬ ਤੇਰਾ ਪਰਵਰੀ ਚੌਕਾ ਤੇ ਤੇਰਮੀ ਸੰਪਤ ਤੇ ਤੇਰਾ ਤੇ ਤਖੇਰੀ, ਈਸਵੀ ਇੱਕ ਫਿਕਸ ਤਰੀਕ ਇੰਟਰਨੈਸ਼ਨ ਲੇਵਲ ਤੇ ਛੁੱਟੀ ਕਰਾਈ ਜਾਏ। ਜਦ ਕੇ ਭਾਰਤ ਵਿੱਚ ਵੀ ਨਹੀਂ ਹੁੰਦੀ ਦੋ ਇੱਕ ਕਾਨੂੰਨ ਇੱਕ ਅਰਦਾਸ ਹੋਵੇ, ਲੇਕਿਨ ਸਿਰਫ ਰਵਿਦਾਸੀਆਂ ਦੇ ਗੁਰੂਪੁਰਾਂ ਲਈ। ਪਰ ਅਰਦਾਸ ਡੇਰਿਆਂ ਵਿੱਚ ਲਾਗੂ ਨਹੀਂ ਹੋਵੇਗੀ, ਹਰ ਡੇਰੇ ਦੀ ਆਪਣੀ ਮਰਿਆਂ ਦਾ ਹੈ। ਅਰਦਾਸ ਵਿੱਚ ਇਸ ਮਕਸਦ ਲਈ ਪ੍ਰੋਗਰਾਮ ਹੈ, ਉਹ ਨਾਮ ਲੈ ਜਾ ਸਕਦੇ ਸ਼ਬਦ ਅੱਗੇ ਪਿੱਛੇ ਹੋ ਸਕਦੇ। ਰਵਿਦਾਸੀਆਂ ਦੀ ਪਹਿਚਾਣ ਦੇ ਬੱਚਿਆਂ ਦੇ ਭਵਿੱਖ ਕਿਸੇ ਦਾ ਤੀਰ ਨਹੀਂ ਹੋਣਗੇ, ਰਵਿਦਾਸੀਆਂ ਦੀਆਂ ਮਰਿਆਦਾ ਹੋਣਗੀਆਂ। ਇਸ ਵਿੱਚ ਕੋਈ ਪੰਤਸ ਨਹੀਂ ਹੈ, ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਸਕਦੇ ਹੋ ਤੇ ਰਵਿਦਾਸੀਆਂ ਪਹਿਚਾਣ ਵਧਾ ਸਕਦੇ। ਖੁਸ਼ੀ ਜੈ ਗੁਰੂ ਦੇਵ ਜੀ, ਧੰਨ ਗੁਰੂ ਦੇਵ ਜੀ।